ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ, ਖੁਸ਼ਹਾਲ ਹੋਵੋਗੇ। ਮੈਂ ਵੀ ਬਿਲਕੁਲ ਠੀਕ ਹੈ। ਟਾਈਮ ਹੋ ਰਿਹਾ 3 ਵਜੇ ਦਾ, 3:15 ਹੋਣ ਵਾਲੇ ਨੇ। ਅਤੇ ਇੱਕ ਵੀਡੀਓ ਮੈਂ ਸਵੇਰੇ ਸ਼ੂਟ ਕਰੀ ਸੀ, ਫਿਰ ਵੀਡੀਓ ਨਾ ਬਹੁਤ ਜ਼ਿਆਦਾ ਵੱਡੀ ਹੋ ਜਾਂਦੀ। ਫਿਰ ਮੈਂ ਕਿਹਾ ਪਹਿਲਾਂ ਮੈਨੂੰ ਆਏ ਸਵੇਰ ਮੈਂ ਇੱਕ ਵੀਡੀਓ ਹੀ ਬਣਾਊਂਗੀ, ਪਰ ਹੁਣ ਫਿਰ ਮੈਂ ਥੋੜ੍ਹੇ ਜਿਹੇ ਕੰਮ ਕਰਨੇ। ਮੈਂ ਕਿਹਾ ਜਿੰਨੀ ਕੁ ਮੈਂ ਕੰਮ ਕਰਨੇ ਨੇ ਥੋੜ੍ਹੀ ਸ਼ੂਟ ਕਰ ਲੈਂਦੇ, ਕੁਛ ਰਹਿ ਜੂਗੀ ਤਾਂ ਸਵੇਰੇ ਸ਼ੂਟ ਕਰ ਲਾਂਗੇ। ਅਤੇ ਹੁਣ ਮੈਂ ਦੂਜੀ ਵੀਡੀਓ ਸ਼ੂਟ ਕਰ ਰਹੀ, ਹਾਲੇ ਮੈਂ ਉੱਧਰ ਕੱਪੜੇ ਪ੍ਰੈਸ ਕਰ ਲੈਣੇ ਪਏ ਨੇ, ਸਵੇਰੇ ਵਾਸ਼ ਕਰੇ ਸੀ ਕੱਪੜੇ, ਅੱਜ ਹੀ ਹੁਣ ਪ੍ਰੈਸ ਕਰੂੰਗੀ। ਸ਼ਾਮ ਨੂੰ ਚਾਹ ਵਗੈਰਾ ਪੀ ਕੇ, ਹਾਲੇ ਮੈਂ ਚਾਹ ਨਹੀਂ ਪੀਤੀ। ਚਾਹ ਦਾ ਨਾ ਐਕਚੁਅਲੀ ਐਂ ਹੁੰਦਾ, ਜਿਹੜੇ ਚਾਹ ਪੀਂਦੇ ਨੇ ਚਾਹ ਦੇ ਸ਼ੌਕੀਨ ਉਹ ਸਮਝ ਸਕਦੇ ਨੇ, ਚਾਹ ਪੀਣ ਨੂੰ ਉਦੋਂ ਦਿਲ ਕਰਦਾ ਜਦੋਂ ਤੁਸੀਂ ਅੰਦਰੋਂ ਬਹੁਤ ਥੋੜ੍ਹੀ ਖਿੱਚ ਪਵੇ, ਹੈ ਨਾ, ਖੋ ਪਵੇ ਚਾਹ ਦੀ, ਵੀ ਹਾਂ ਚਾਹ ਪੀਣੀ ਆ। ਚਾਹੇ ਉਹ ਆਪਣਾ ਚਾਹ ਦਾ ਟਾਈਮ ਤੋਂ 10 ਮਿੰਟ ਪਹਿਲਾਂ ਹੋਣ, ਚਾਹੇ 10 ਮਿੰਟ ਆਪਾਂ ਲੇਟ ਹੋ ਜਾਈਏ, ਪਰ ਜਦੋਂ ਚਾਹ ਪੀਣ ਨੂੰ ਦਿਲ ਕਰੇ ਅੰਦਰੋਂ, ਫਿਰ ਉਦੋਂ ਚਾਹ ਪੀਣ ਦਾ ਮਜ਼ਾ ਆਉਂਦਾ, ਫਿਰ ਚਾਹ ਦਾ ਸਵਾਦ ਆਉਂਦਾ। ਅਤੇ ਹਾਲੇ ਮੇਰਾ ਦਿਲ ਨਹੀਂ ਕਰ ਰਿਹਾ, ਜੇ ਕਦੇ ਮੇਰਾ ਦਿਲ ਕਰੇ ਵੀ ਚਾਹ ਪੀਣੇ, ਫਿਰ ਤਾਂ ਚਾਹੇ ਮੈਂ ਟਾਈਮ ਨਹੀਂ ਦੇਖ ਦਿੰਦੀ, ਫਿਰ ਮੈਂ 10 ਮਿੰਟ 15 ਮਿੰਟ ਅੱਧਾ ਘੰਟਾ ਪਹਿਲਾਂ ਹੀ ਪੀ ਲੈਂਦੀ ਹਾਂ, ਜੇ ਦਿਲ ਨਾ ਕਰੇ ਫਿਰ ਉਦੋਂ ਚਾਹੇ ਲੇਟ ਹੋ ਜਾਈਏ, ਹੈ ਨਾ। ਪਰ ਜਦੋਂ ਜੀ ਕਰਦਾ ਚਾਹ ਪੀਣ ਨੂੰ ਉਦੋਂ ਵੀ ਪੀਤੀ ਜਾਂਦੀ। ਕਈ ਵਾਰ ਤਾਂ ਮੈਂ 3 ਵਾਰੀ ਵੀ ਪੀ ਲੈਂਦੀ ਦੁਪਹਿਰੇ, ਜੇ ਮੇਰਾ ਜੀ ਕਰੇ 11-12 ਵਜੇ। ਕਈ ਵਾਰ ਤਾਂ ਫਿਰ ਮੈਂ ਉਦੋਂ ਵੀ ਇੱਕ ਛੋਟਾ ਕੱਪ ਚਾਹ ਤਾਂ ਮੈਂ ਕਰ ਲੈਂਦੀ ਹੁੰਦੀ, ਪਰ ਕਰਦੀ ਛੋਟਾ ਹੀ ਥੋੜ੍ਹਾ ਜਿਹਾ ਕਰਦੀ ਹੁੰਦੀ ਹਾਂ, ਸਵੇਰੇ ਵੱਡਾ ਕੱਪ ਅਤੇ ਇਸ ਵੇਲੇ ਵੱਡਾ ਕੱਪ ਚਾਹ ਤਾਂ ਪੀਂਦੀ ਹਾਂ। ਅਤੇ ਹੁਣ ਮੈਂ ਜਾਂਦੀ ਹਾਂ ਬਾਹਰ ਵਾਸ਼ਿੰਗ ਏਰੀਆ 'ਚ, ਉੱਥੇ ਮੈਂ ਕਰਨੇ ਨੇ ਕਿਚਨ ਵਾਲੇ, ਮੇਰੇ ਭਾਂਡੇ ਸਾਫ਼ ਕਰਨ ਵਾਲੇ ਮਾਈਕਰੋਫਾਈਬਰ ਵਾਲੇ ਟੋਵਲ ਧੋਣ ਵਾਲੇ ਪਏ ਨੇ, 2 ਪਤਾ ਨਹੀਂ 3 ਕਿਚਨ ਦੇ ਹੈਂਡ ਟੋਵਲ ਪਏ ਨੇ, ਉਹ ਧੋਣੇ। ਪੂਣਾ ਤਾਂ ਮੈਨੂੰ ਇੱਕ ਅੱਧਾ ਹੀ ਹੋਊ, ਪੂਣੇ ਤਾਂ ਮੈਂ ਇਕੱਠੇ ਧੋਊਂ ਜਿਹਦੇ ਧੋਤੇ। ਪੂਣੇ ਦਾ ਇਹ ਹੁੰਦਾ ਜਿਸ ਦਿਨ 4-5 ਪੂਣੇ 6 ਪੂਣੇ ਜਿਸ ਦਿਨ ਇਕੱਠੇ ਜੋ ਹੋਣ, ਫਿਰ ਉਸ ਦਿਨ ਮੈਂ ਇਕੱਠੇ ਧੋਣੀ ਹੋਣੀ ਗਰਮ ਪਾਣੀ ਵਿੱਚ ਪਾ ਕੇ, ਅੱਜ ਮੈਂ ਇਕੱਲਾ ਹੀ ਟੋਵਲ ਵਗੈਰਾ ਹੀ ਧੋਣੇ ਆ। ਇੱਕ ਮੈਂ ਅੱਜ ਲੌਂਡਰੀ ਰੂਮ ਦੀ ਸਫਾਈ ਕਰਨੀ, ਥੱਲੇ ਝਾੜੂ ਪੋਚਾ ਕਰਨਾ, ਬਾਹਰ ਮਸ਼ੀਨ ਵਾਲੇ ਕਮਰੇ ਵਿੱਚ ਉਹ ਮੈਂ ਆਪ ਹੀ ਕਰ ਦਿੰਦੀ, ਹੈਲਪਰ ਤੋਂ ਨਹੀਂ ਕਰਵਾਉਂਦੀ ਹੁੰਦੀ, ਉਹ ਕਰਨਾ ਝਾੜੂ ਪੋਚਾ ਕਰੂੰਗਾ। ਹਾਲੇ ਥੋੜ੍ਹੀ ਧੁੱਪ ਬਾਹਰ, ਉਹ ਮੈਂ ਸ਼ਾਮ ਨੂੰ ਕਰੂੰਗੀ। ਟੋਵਲ ਵਗੈਰਾ ਹੁਣ ਧੁੱਪੇ ਪਾਇਆ ਨਹੀਂ, ਧੁੱਪ ਹੈਗੀ ਨਾ ਬਾਹਰ, ਹੁਣ ਧੋ ਕੇ ਪਾ ਦੂੰਗੀ, ਧੁੱਪੇ ਸੁੱਕ ਜਾਣਗੇ, ਫਿਰ ਧੁੱਪ ਚੱਲ ਜੂ, ਫਿਰ ਉਹ ਧੋਣ ਦਾ ਮਤਲਬ ਨਹੀਂ ਆਉਂਦਾ ਹੈਗਾ ਮੈਨੂੰ, ਐਂ ਚੱਲ ਹੁਣ ਧੋ ਕੇ ਧੁੱਪ ਲੱਗ ਜੂ ਉਹਨਾਂ ਨੂੰ। ਅਤੇ ਲੌਂਡਰੀ ਰੂਮ ਫਿਰ ਮੈਂ ਸ਼ਾਮ ਨੂੰ ਥੋੜ੍ਹੀ ਛਾਂ ਹੋ ਰਹੀ, ਫਿਰ ਸਾਫ਼ ਕਰੂੰਗੀ। ਅਤੇ ਇੰਨੇ ਮੇਰਾ ਚਾਹ ਪੀਣ ਨੂੰ ਦਿਲ ਕਰੇਗਾ, ਕੰਮ ਕੁੰਮ ਕਰਕੇ ਫਿਰ ਜੀ ਕਰਦਾ ਹੁੰਦਾ ਚਾਹ ਪੀਏ, ਫਿਰ ਮੈਂ ਚਾਹ ਦਾ ਕੱਪ ਕਰੂੰਗੀ ਆਪਣਾ। ਕਿਚਨ ਦੇ ਟੋਵਲ ਨਾ ਮੈਂ ਪਿਛਲੀ ਤਾਰ 'ਤੇ ਪਾਤੇ, ਇੱਧਰ ਧੁੱਪ ਹੈ, ਪਿੱਛੇ ਛਿਪਦੀ ਧੁੱਪ ਆਉਂਦੀ ਹੈ, ਉਸ ਸਾਈਡ ਸਾਡੇ ਅਗਲੀ ਸਾਈਡ ਧੁੱਪ ਚਲੀ ਗਈ, ਅਤੇ ਪਿੱਛੇ ਪਾਤੇ ਸੀ, ਧੁੱਪ ਰੁੱਕ ਸੁੱਕ ਜਾਣਗੇ ਧੁੱਪੇ ਧੁੱਪੇ। ਹੁਣ ਮੈਂ ਆ ਗਈ ਸੀ ਅੰਦਰ ਕਿਚਨ ਵਿੱਚ, ਅੱਜ ਨਾ ਆਰ ਓ ਦੀ ਸਰਵਿਸ ਕਰਵਾਈ ਸੀਗੀ, ਅਤੇ ਇਹ ਜਿਹੜਾ ਕੱਪੜਾ ਹੁੰਦਾ ਆਰ ਓ ਦੇ ਉੱਪਰ ਹੀ ਮੈਂ ਵਿਛਾ ਕੇ ਰੱਖਦੀ ਹਾਂ, ਕਵਰ ਕਰਕੇ ਰੱਖਦੀ ਹਾਂ ਆਰ ਓ ਨੂੰ। ਵੈਸੇ ਲੋੜ ਨਹੀਂ ਕਵਰ ਕਰਨ ਦੀ, ਨਹੀਂ ਕਵਰ ਕਰਾਂਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ, ਕਿਉਂਕਿ ਅੱਗੇ ਉਹ ਬੰਦ ਹੈ ਇਹਦਾ ਡੋਰ, ਅਤੇ ਅੰਦਰ ਮਿੱਟੀ ਵਗੈਰਾ ਨਹੀਂ ਜਾਂਦੀ, ਪਰ ਮੈਂ ਕਵਰ ਐਂ ਕਰ ਦਿੰਦੀ ਉੱਪਰ ਨਾ, ਪਲਾਸਟਿਕ ਦੀਆਂ ਟੋਕਰੀਆਂ ਰੱਖੀਆਂ ਹੁੰਦੀਆਂ ਨੇ ਸਬਜ਼ੀ ਕੱਟਣ ਵਾਸਤੇ, 3 ਟੋਕਰੀਆਂ ਹੁੰਦੀਆਂ ਨੇ, ਅਤੇ ਕਈ ਵਾਰ ਟੋਕਰੀ ਚੱਕਦੇ ਆ ਆਪਾਂ ਰੱਖਦੇ ਹਾਂ, ਸਕਰੈਚ ਪੈਣ ਦਾ ਡਰ ਰਹਿੰਦਾ ਆਰ ਓ ਦੇ ਉੱਪਰ, ਇਸ ਕਰਕੇ ਫਿਰ ਮੈਨੂੰ ਐਂ ਹੁੰਦਾ ਚੀਜ਼ ਦੀ ਜਿੰਨੀ ਸੰਭਾਲ ਕਰੀਏ ਓਨਾ ਹੀ ਜ਼ਿਆਦਾ ਵਧੀਆ। ਮੈਨੂੰ ਆਦਤ ਹੀ, ਮੈਂ ਬਹੁਤ ਜ਼ਿਆਦਾ ਕੇਅਰ ਕਰਦੀ ਹਾਂ ਹਰ ਇੱਕ ਚੀਜ਼ ਦੀ, ਬਹੁਤ ਸੰਭਾਲ ਕੇ ਰੱਖਦੀ ਹਾਂ। ਅਤੇ ਹੁਣ ਮੈਂ ਕਿਹਾ ਚਲੋ ਪਹਿਲਾਂ ਵਾਲੇ ਟੋਵਲ ਵਗੈਰਾ ਕਿਚਨ ਦੇ ਮੈਂ ਹੈਂਡ ਟੋਵਲ ਐਂਡ ਭਾਂਡੇ ਸਾਫ਼ ਕਰਨ, ਮਾਈਕਰੋਫਾਈਬਰ ਟੋਵਲ ਮੈਂ ਵਾਸ਼ ਕਰਦਾ, ਉਹਦੀ ਜਗ੍ਹਾ ਮੈਂ ਵਾਸ਼ ਕੀਤੇ ਹੋਏ ਦੂਜੇ ਟੋਵਲ ਲਗਾ ਦਿੰਦੇ ਹਾਂ, ਚੇਂਜ ਕਰ ਦਿੰਦੇ ਹਾਂ। ਉਹ ਮੈਂ ਪਹਿਲਾਂ ਵਾਲੇ ਬਾਹਰ ਧੋ ਕੇ ਸੁੱਕਣੇ ਪਾਈ, ਅਤੇ ਉਹਦੀ ਜਗ੍ਹਾ 'ਤੇ ਅਸੀਂ ਨਵੇਂ ਯਾਨੀ ਕਿ ਵਾਸ਼ ਕਰੇ ਹੋਏ ਲਗਾ ਦਈਏ। ਇੱਦਾਂ ਘਰ ਵਿੱਚ ਆਪਣੇ ਕਿੰਨੇ ਨਿੱਕੇ 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 ਕੰਮ ਹੁੰਦੇ ਨੇ ਲੇਡੀਜ਼ ਦੇ, ਜੋ ਬਿਲਕੁਲ ਵੀ ਖਤਮ ਨਹੀਂ ਹੁੰਦੇ ਹੈਗੇ। ਅਤੇ ਹੁਣ ਮੈਂ ਕਿਹਾ ਕੱਪੜੇ ਪ੍ਰੈਸ ਕਰ ਲਾ, ਹਜੇ ਮੇਰਾ ਨਾ ਚਾਹ ਪੀਣ ਨੂੰ ਦਿਲ ਨਹੀਂ ਕਰ ਰਿਹਾ ਸੀਗਾ, ਮੈਂ ਚਲੋ ਪਹਿਲਾਂ ਕੱਪੜੇ ਪ੍ਰੈਸ ਕਰਕੇ ਰੱਖ ਦਿੰਦੇ, ਅੱਜ ਮੋਰਨਿੰਗ 'ਚ ਕੱਪੜੇ ਧੋਤੇ ਸੀਗੇ। ਅਤੇ ਹੁਣ ਜਿਵੇਂ ਗਰਮੀਆਂ ਦਾ ਟਾਈਮ, ਆਪਾਂ ਕੋਟਨ ਦੇ ਕੱਪੜੇ ਪਾਉਂਦੇ, ਜ਼ਿਆਦਾਤਰ ਕੋਟਨ ਦੇ ਹੀ ਵੇਅਰ ਕਰਦੇ ਕੱਪੜੇ, ਅਤੇ ਫਿਰ ਸਾਰੇ ਕੱਪੜਿਆਂ 'ਤੇ ਪ੍ਰੈਸ ਵੀ ਕਰਨੀ ਪੈਂਦੀ, ਬਿਨਾਂ ਪ੍ਰੈਸ ਤੋਂ ਹੁਣ ਪਾਏ ਵੀ ਨਹੀਂ ਜਾਂਦੇ, ਉਹ ਚੰਗਾ ਵੀ ਨਹੀਂ ਲੱਗਦਾ ਹੈਗਾ। ਇਸ ਕਰਕੇ ਕੱਪੜੇ ਹੁਣ ਪ੍ਰੈਸ ਵਾਲੇ ਜਿਵੇਂ ਧੋਣੇ ਆ ਤਾਂ ਹਰ ਵਾਸ਼ 'ਚ ਹੁੰਦੇ ਹੁੰਦੇ ਨਾ, ਕੋਟਨ ਦੇ ਕੱਪੜੇ ਹੁੰਦੇ, ਪ੍ਰੈਸ ਕਰਨੇ ਵੀ ਜ਼ਰੂਰੀ ਹੋ ਜਾਂਦੇ ਨੇ।
ਫਿਰ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸੇਮ ਡੇ ਧੋ ਕੇ ਮੈਂ ਸੇਮ ਡੇ ਉਹਨਾਂ ਨੂੰ ਪ੍ਰੈਸ ਕਰਕੇ ਰੱਖਦਾ ਤਾਂ ਕਿ ਆਪਣਾ ਕੰਮ ਨਾ ਵਧੇ, ਫਿਰ ਅਗਲੇ ਦਿਨ ਤਾਂ ਕੰਮ ਨਾ ਜਾਣ, ਕਿਉਂਕਿ ਨੈਕਸਟ ਡੇ ਤਾਂ ਫਿਰ ਆਟੋਮੈਟਿਕਲੀ ਹੋਰ ਕੰਮ ਆ ਜਾਂਦੇ ਨੇ, ਇੱਕ ਦਿਨ ਤਾਂ ਆਪਾਂ ਕੰਮ ਖਤਮ ਕਰਦੇ ਨੈਕਸਟ ਡੇ ਹੋਰ ਆ ਜਾਂਦੇ ਨੇ। ਕੋਸ਼ਿਸ਼ ਇਹੀ ਹੁੰਦੀ ਸੇਮ ਡੇ ਕਰਦੇ, ਕਈ ਵਾਰ ਨਹੀਂ ਵੀ ਹੁੰਦਾ ਤਾਂ ਫਿਰ ਨੈਕਸਟ ਡੇ ਕਰਦਾ ਨਹੀਂ, ਵੈਸੇ ਕੋਸ਼ਿਸ਼ ਹੁੰਦੀ ਸੇਮ ਡੇ ਮੈਂ ਸੰਭਾਲ ਕੇ ਰੱਖਦਾ ਕੱਪੜੇ ਪ੍ਰੈਸ ਕਰਕੇ, ਕਰ ਰਹੀ ਕੱਪੜੇ ਪ੍ਰੈਸ, ਕਈ ਵਾਰ ਘੱਟ ਹੁੰਦੇ ਨੇ ਕਈ ਵਾਰ ਵੱਧ ਹੁੰਦੇ ਨੇਗੇ, ਅਤੇ ਚਲੋ ਜਿੰਨੇ ਕੁ ਹੁੰਦੇ ਨੇ ਫਿਰ ਉਨੇ ਕੁ ਕਰਨੇ ਵੀ ਪੈਂਦੇ, ਰੱਖਣੇ ਵੀ ਪੈਂਦੇ ਨੇ, ਪਰ ਮੈਂ ਬਾਹਰ ਕਦੇ ਖਲਾਰਾ ਇਹ ਨਹੀਂ ਪਾਏ ਕੱਪੜਿਆਂ ਦਾ, ਮੈਨੂੰ ਚੰਗਾ ਵੀ ਲੱਗਦਾ ਹੈਗਾ ਖਲਾਰਾ ਪਾਉਣਾ ਕੱਪੜਿਆਂ ਦਾ, ਮੈਂ ਅੰਦਰ ਸਾਰੇ ਕਬਰ 'ਚ ਰੱਖਦੀ ਹੁੰਦੀ ਹਾਂ। ਅਤੇ ਕਰ ਰਹੀ ਕੱਪੜੇ ਪ੍ਰੈਸ, ਕਈ ਭੈਣਾਂ ਦਾ ਕਮੈਂਟ ਆਇਆ ਤੁਸੀਂ ਹੋਮ ਟੂਰ ਕਰਾਓ, ਵੈਸੇ ਹੋਮ ਟੂਰ ਦੀ ਵੀਡੀਓ ਮੇਰੇ ਚੈਨਲ 'ਤੇ ਹੈਗੀ ਆ, ਪਰ ਮੈਂ ਸੋਚ ਰਹੀ ਹਾਂ ਮੈਂ 5-7 ਦਿਨਾਂ 'ਚ ਆਹ ਵੀਕ ਦੇ ਵਿੱਚ ਹੁਣ ਮੌਸਮ ਠੀਕ ਹੈ, ਜ਼ਿਆਦਾ ਗਰਮੀ ਨਹੀਂ, ਮੈਂ ਤੁਹਾਨੂੰ ਤੁਹਾਡੇ ਲਈ ਹੋਮ ਟੂਰ ਦੀ ਵੀਡੀਓ ਮੈਂ ਸ਼ੂਟ ਕਰਾਂ, ਦੇਖੂੰਗੀ ਥੋੜ੍ਹੀ ਜਿਹੀ ਘਰ ਦੀ ਸੈਟਿੰਗ ਸੂਟਿੰਗ ਕਰਕੇ, ਵੈਸੇ ਸੈਟਿੰਗ ਹੈ ਪਰ ਸਟਿਲ ਟਾਈਮ ਕੱਢ ਕੇ ਸ਼ੂਟ ਕਰੂੰਗੀ ਵੀਡੀਓ। ਜਿਹੜੇ ਨਵੇਂ ਸਬਸਕ੍ਰਾਈਬਰਸ ਜੁੜੇ ਨੇ ਤਾਂ ਉਹ ਜ਼ਿਆਦਾ ਮੈਨੂੰ ਉਹ ਕਮੈਂਟ ਕਰ ਦੇਣਗੇ ਹੋਮ ਟੂਰ ਕਰਾਓ, ਵੈਸੇ ਵੀਡੀਓ ਚੈਨਲ 'ਤੇ ਹੈਗੀ ਤੁਸੀਂ ਉਹ ਵੀ ਦੇਖ ਸਕਦੇ ਹੋ, ਜਦੋਂ ਕਹੋ ਤਾਂ ਮੈਂ ਹੋਰ ਵੀਡੀਓ ਵੀ ਸ਼ੂਟ ਕਰ ਲੂੰਗੀ। ਇਹ ਬਟਨ ਵਾਲੇ ਸ਼ਰਟਸ ਨਾ ਮੈਨੂੰ ਪ੍ਰੈਸ ਕਰਨੇ ਬਹੁਤ ਔਖੇ ਲੱਗਦੇ, ਟਾਈਮ ਬਹੁਤ ਲੱਗਦਾ ਇਹਨਾਂ 'ਤੇ, ਕਾਫੀ ਟਾਈਮ ਲੱਗਦਾ, ਮੈਂ ਬਹੁਤ ਬਰੀਕੀ ਨਾਲ ਬਹੁਤ ਧਿਆਨ ਨਾਲ ਕਰਦੀ ਹਾਂ ਤਾਂ ਅੱਛੀ ਤਰ੍ਹਾਂ ਵਲ ਨਿਕਲ ਜਾਣ ਇਹਨਾਂ ਦੇ। ਟਾਈਮ ਹੋ ਗਿਆ 4:15 ਦਾ, ਮੈਂ ਕਰ ਲਈ ਆਪਣੀ ਚਾਹ ਨਾਲ ਥੋੜ੍ਹੀ ਜਿਹੀ ਪੰਜੀਰੀ, 2 ਚਮਚੇ ਚਾਹ ਪੀਂਦੇ ਹਾਂ। ਕੱਪੜੇ ਪ੍ਰੈਸ ਕਰੇ ਪਏ, ਮੈਂ ਕਬਰ 'ਚ ਹੀ ਰੱਖਣੇ ਨੇ, ਮੈਂ ਕਿਹਾ ਚਾਹ ਪੀ ਲਾ, ਚਾਹ ਨੂੰ ਬਹੁਤ ਦਿਲ ਕਰ ਰਿਹਾ ਸੀਗਾ, ਜੋ ਦਿਲ ਕਰੇ ਨਾ ਉਹਦੀ ਸਵਾਦ ਲੱਗਦੀ ਹੈ ਚਾਹ, ਚਾਹੇ ਹੋਰ ਟਾਈਮ ਹੋਵੇ ਚਾਹ ਦਾ ਨਾ ਹੋਵੇ, ਜੋ ਆਪਣਾ ਅੰਦਰੋਂ ਜੀ ਕਰੇ ਵੀ ਹਾਂ ਚਾਹ ਪੀਣੀ, ਅੰਦਰਲੀ ਆਤਮਾ ਚਾਹ ਮੰਗੇ ਫਿਰ ਸਵਾਦ ਲੱਗਦੀ ਹੈ। ਤੂੰ ਦਵਿੰਦਰ ਲਈ ਬਣਾ ਰਹੀ ਹੈ ਬੇਸਣ ਦਾ ਚੀਲਾ, ਸ਼ਾਮ ਜੀ ਨੂੰ ਆਏ ਸੀ ਕਰੇ ਕਹਿੰਦੇ ਭੁੱਖ ਲੱਗੇ ਮੈਂ ਕੀ ਖਾਵਾਂ, ਅਤੇ ਮੈਂ ਚਲੋ ਬੇਸਣ ਦਾ ਚੀਲਾ ਬਣਾ ਦਿੰਦੀ, ਜੋ ਮੈਂ ਬਣਾ ਸਕਦੀ ਹੁੰਦੀ, ਮੈਂ 2-3 ਆਪਸ਼ਨਸ ਦੇ ਦਿੱਤੀਆਂ, ਫਿਰ ਮੈਨੂੰ ਕਹਿੰਦੇ ਚੱਲ ਬੇਸਣ ਦਾ ਚੀਲਾ ਬਣਾ ਦੇ, ਅਤੇ ਮੈਂ ਬਣਾ ਰਹੀ ਬੇਸਣ ਦਾ ਚੀਲਾ, ਇਹਦੇ ਵਿੱਚ ਮੈਂ ਸਿਰਫ ਬੇਸਣ ਪਾ, ਇਹਨਾਂ ਨੂੰ ਬੇਸਣ ਦਾ ਚੀਲਾ ਬਣਾਉਣੀ ਹੁੰਦੀ, ਓਟਸ ਨਹੀਂ ਪਾਉਂਦੀ, ਜੇ ਮੈਂ ਆਪਣੇ ਲਈ ਬਣਾਵਾਂ ਫਿਰ ਮੈਂ ਥੋੜ੍ਹੇ ਜਿਹੇ ਓਟਸ ਵੀ ਪਾ ਲੈਂਦੀ, ਮੈਂ ਕਿਹਾ ਫਿਰ ਆਏ ਨਾ ਕਹਿੰਦੇ ਇੱਕ ਹਜ਼ਾਰ ਟੇਸਟ ਹੈ, ਇਸ ਕਰਕੇ ਮੈਂ ਇਹਨਾਂ ਨੂੰ ਓਟਸ ਨਹੀਂ ਪਾਏ ਚੀਲੇ ਵਿੱਚ, ਵਿੱਚ ਸਬਜ਼ੀਆਂ ਪਾ ਲਈਆਂ, ਪਿਆਜ਼ ਟਮਾਟਰ ਹਰੀ ਮਿਰਚ ਹਰਾ ਧਨੀਆ ਐਂਡ ਸ਼ਿਮਲਾ ਮਿਰਚ ਪਾ ਲਈ, ਚੋਪਰ 'ਚ ਮੈਂ ਚੋਪ ਕਰ ਲਈਆਂ, ਜ਼ਿਆਦਾ ਮੋਟੀਆਂ ਸਬਜ਼ੀਆਂ ਕੱਟੀਆਂ ਹੋਈਆਂ ਇਹ ਪਸੰਦ ਨਹੀਂ ਕਰਦੇ ਹੈਗੇ, ਬਿਲਕੁਲ ਨਹੀਂ ਖਾਂਦੇ ਸੀ ਪਹਿਲਾਂ, ਹੁਣ ਥੋੜ੍ਹੀ ਥੋੜ੍ਹੀ ਮੈਂ ਆਦਤ ਪਾਈ ਹੈ, ਪਰ ਬਹੁਤ ਬਰੀਕ ਬਰੀਕ ਕੱਟ ਕੇ ਦਿੰਦੀ ਹਾਂ ਵੀ ਬਹੁਤ ਮੋਟੀਆਂ ਦਿਖਣ ਨਾ, ਬਹੁਤ ਮੋਟੇ ਤਰੀਕੇ ਨਾਲ ਮੂੰਹ 'ਚ ਨਾ ਆਉਣ, ਪਰ ਮੈਂ ਖਵਾਉਣੀ ਜ਼ਰੂਰ ਇਹਨਾਂ ਨੂੰ ਸਬਜ਼ੀਆਂ ਕਿਸੇ ਨਾ ਕਿਸੇ ਤਰੀਕੇ ਨਾਲ, ਬਹੁਤ ਵਧੀਆ ਚੀਲੇ ਬਣਦੇ ਨੇ, ਬਹੁਤ ਟੇਸਟੀ, ਮੈਂ ਥੋੜ੍ਹਾ ਜਿਹਾ ਕਵਰ ਕਰ ਦਿੰਦੀ ਹਾਂ ਤਾਂ ਜਲਦੀ ਬਣ ਜਾਂਦਾ ਕਵਰ ਕਰਕੇ, ਪਰ ਜਦੋਂ ਬਣ ਜਾਂਦਾ ਉਸ ਤੋਂ ਬਾਅਦ ਨਾ ਢੱਕਣ ਚੱਕ ਕੇ ਆਪਾਂ ਇਹਨੂੰ ਪਕਾ ਲਓ, ਬਹੁਤ ਕ੍ਰਿਸਪ ਜਿਹਾ ਬਣ ਜਾਂਦਾ, ਬੇਸਣ ਚੀਲਾ ਬਣ ਕੇ ਤਿਆਰ, ਇਹਨਾਂ ਨੂੰ ਕਰਦੀ ਮੈਂ ਸਰਵ। ਤੋ 2 ਚੀਲੇ ਬਣਾਏ ਸੀ, 2 ਚੀਲੇ ਨਾ ਹੁੰਦੇ, 2 ਚੀਲੇ ਨਾਲ ਬੰਦਾ ਰੱਜ ਲਾਉਂਦਾ, ਹੈਲਦੀ ਵੀ ਆ ਅਤੇ ਬਹੁਤ ਜਲਦੀ ਵੀ ਬਣ ਜਾਂਦਾ, ਈਜ਼ੀ ਵੀ ਆ, ਟੇਸਟੀ ਤਾਂ ਲੱਗਦਾ ਹੀ ਲੱਗਦਾ। ਹੁਣ ਸ਼ਾਮ ਨੂੰ ਮੈਂ ਕਰ ਰਹੀ ਸੀ ਲੌਂਡਰੀ ਰੂਮ ਦੀ ਸਫਾਈ, ਸਫਾਈ ਮੈਂ ਖੁਦ ਹੀ ਕਰਦੀ ਹੁੰਦੀ ਹਾਂ, ਹੈ ਨਾ, ਹੈਲਪਰ ਤੋਂ ਨਹੀਂ ਮੈਂ ਕਰਾਉਂਦੀ ਹੁੰਦੀ, ਝਾੜੂ ਪੋਚਾ ਮੈਂ ਆਪ ਹੀ ਲਗਾਉਂਦੀ ਹਾਂ, ਚਾਹੇ ਮੈਨੂੰ ਕਿੰਨੇ ਵੀ ਦਿਨ ਲੰਘ ਜਾਣ, ਹੈ ਨਾ, ਚਾਹੇ ਮੈਂ ਜਲਦੀ ਕਰਾਂ ਚਾਹੇ ਮੈਂ ਲੇਟ ਕਰਾਂ, ਪਰ ਮੈਂ ਖੁਦ ਹੀ ਸਫਾਈ ਕਰਦੀ ਹੁੰਦੀ ਹਾਂ। ਪਰ ਹੁਣ ਤਾਂ ਬਹੁਤ ਜ਼ਿਆਦਾ ਨਾ ਹਨੇਰੀਆਂ ਨੂਹਰੀਆਂ ਚੱਲੀਆਂ, ਵਿੰਡੋ ਖੁੱਲ੍ਹੀ ਹੁੰਦੀ ਹੈ ਏਰੀਏ ਦੀ, ਵਾਸ਼ਿੰਗ ਏਰੀਏ ਦੀ, ਉਸ ਕਰਕੇ ਕਾਫੀ ਜ਼ਿਆਦਾ ਮਿੱਟੀ ਆਈ ਹੋਈ ਸੀਗੀ, ਬਹੁਤ ਗੰਦਾ ਫਲੋਰ ਹੋਇਆ ਪਿਆ ਸੀਗਾ, ਅਤੇ ਮੈਂ ਕਿਹਾ ਚਲੋ ਸ਼ਾਮ ਜੀ ਨੂੰ ਮੈਂ ਠੰਡੇ ਹੀ ਹੋਏ ਸਫਾਈ ਕਰੂੰਗੀ। ਝਾੜੂ ਲਗਾ ਕੇ ਫਿਰ ਮੈਂ ਲਗਾ ਰਹੀ ਹਾਂ ਪੋਚਾ, ਆਹ ਵਾਲਾ ਪੋਚਾ ਨਾ ਬਹੁਤ ਕੰਮ ਆਉਂਦਾ, ਹੈਲਪਰ ਹੁਣ ਇਹਨੂੰ ਯੂਜ਼ ਨਹੀਂ ਕਰਦੀ, ਕਰੋ ਉਹਦੇ ਹੱਥ 'ਤੇ ਸੱਟ ਲੱਗ ਗਈ ਸੀ, ਅਸੀਂ ਉਦੋਂ ਇਹਨੂੰ ਲਿਆਤਾ ਸੀ ਵੀ ਚਲ ਇਹਦੇ ਨਾਲ ਤੂੰ ਪੋਚਾ ਲਗਾ ਲਿਆ ਕਰ, ਪਰ ਹੁਣ ਇਹ ਪਿਆ, ਫਿਰ ਮੈਂ ਇਹਨੂੰ ਲੌਂਡਰੀ ਰੂਮ ਦੀ ਸਫਾਈ ਲਈ ਯੂਜ਼ ਕਰ ਲੈਂਦੀ, ਕਿਉਂਕਿ ਮਸ਼ੀਨਾਂ ਦੇ ਨੀਚੇ ਚਲਾ ਜਾਂਦਾ, ਸਫਾਈ ਮੈਨੂੰ ਆਪ ਨੂੰ ਆਏਂ ਕਰਨੀ ਪੈਂਦੀ, ਕਿਉਂਕਿ ਨੀਚੇ ਜਿਹੜੀ ਡਰੇਨ ਵਾਲੀਆਂ ਪਾਈਪਸ ਨੇ ਉਹ ਮੈਨੂੰ ਪਤਾ ਵੀ ਕਿਹੜੀ ਕਿਹੜੀ ਜਗ੍ਹਾ ਦੇ ਪਾਈਪਸ ਨੇ, ਹੈ ਨਾ, ਅਤੇ ਇਸ ਕਰਕੇ ਫਿਰ ਬਹੁਤ ਧਿਆਨ ਨਾਲ ਪੋਚਾ ਚਲੋ ਲਗਾ ਲੈਂਦੇ ਹਾਂਗੇ, ਅਤੇ ਹੈਲਪਰ ਨੂੰ ਨਹੀਂ ਪਤਾ ਵੀ ਪਾਈਪਸ ਕਿੱਥੇ ਨੇ, ਕਿਵੇਂ ਪੋਚਾ ਲਗਾਉਣਾ, ਇਸ ਕਰਕੇ ਮੈਂ ਉਹਨੂੰ ਕਹਿੰਦੀ ਨਹੀਂ ਹੈਗੀ,
ਫਿਰ ਕੰਮ ਵੱਧ ਜਾਣਾਗਾ ਮੇਰਾ ਵੀ ਵੱਧ ਜਾਣਾ, ਮੇਰਾ ਕੰਮ ਰੁਕ ਜਾਣਾ ਕੱਪੜਿਆਂ ਦਾ ਨਾ, ਦਵਿੰਦਰ ਦਾ ਕੰਮ ਵੱਧ ਜਾਣਾ, ਪਲੰਬਰ ਬੁਲਾਉਣਾ ਪੈਣਾ, ਅਤੇ ਨਾਲੇ ਪੈਸੇ ਤਾਂ ਤੁਹਾਨੂੰ ਲੱਗਣੇ ਹੀ ਲੱਗਣੇ ਆ। ਫਿਰ ਮਸ਼ੀਨਾਂ ਨੀਚੇ, ਮਸ਼ੀਨਾਂ ਦੇ ਪਿੱਛੇ ਸਾਰੇ ਅੱਛੀ ਤਰ੍ਹਾਂ ਮੈਂ ਇਹ ਪੋਚਾ ਲਗਾ ਦਿੰਦੀ ਹਾਂ। ਚਲੋ ਫਿਰ ਕਈ ਦਿਨ ਲੰਘ ਜਾਂਦੇ ਨੇ, ਸੈਮੀ ਮਸ਼ੀਨ ਨਾ ਹਟਾ ਕੇ ਇਹਦੇ ਪਿੱਛੇ ਵੀ ਪੋਚਾ ਲਗਾ ਰਹੀ ਹਾਂ। ਬਹੁਤ ਜ਼ਿਆਦਾ ਡਸਟ ਆਈ ਪਈ ਸੀ, ਫਲੋਰ ਨਾ ਬਿਲਕੁਲ ਚਿੱਟਾ ਹੋਇਆ ਪਿਆ ਸੀ ਰੇਤੇ ਨਾਲ। ਇੰਨੀ ਕੁ ਸਫਾਈ ਤਾਂ ਕਰਨੀ ਪੈਂਦੀ ਹੈ, ਕਿਸੇ ਨਾ ਕਿਸੇ ਦਿਨ ਐਂ ਹੁੰਦਾ ਵੀ ਚਲੋ ਕਦੇ ਕੁਛ ਸਾਫ਼ ਕਰਤਾ ਕਦੇ ਕੁਛ ਸਾਫ਼ ਕਰਤਾ, ਸਾਰਾ ਘਰ ਤਾਂ ਇੱਕ ਦਿਨ 'ਚ ਨਹੀਂ ਹੁੰਦਾ, ਅਤੇ ਥੋੜ੍ਹਾ ਥੋੜ੍ਹਾ ਕੁਛ ਨਾ ਕੁਛ ਕਰੀ ਜਾਂਦੇ ਹਾਂ। ਇੰਨੀ ਕੁ ਨਾਲ ਚਲੋ ਆਪਣਾ ਘਰ ਦੀ ਸਫਾਈ, ਸਾਫ਼ ਸਫਾਈ ਜਿਹੜੀ ਮੇਨਟੇਨ ਰਹਿੰਦੀ ਆ, ਵੀ ਕਦੇ ਕੋਈ ਏਰੀਆ ਸਾਫ਼ ਕਰਤਾ ਕਦੇ ਕੋਈ ਕਰਤਾ। ਜੇ ਤੁਹਾਨੂੰ ਵੀਡੀਓ ਅੱਛੀ ਲੱਗ ਰਹੀ ਹੈ ਤਾਂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ। ਲੌਂਡਰੀ ਰੂਮ ਹੋ ਗਿਆ ਪੂਰਾ ਸਾਫ਼, ਵਧੀਆ ਲੱਗਣ ਲੱਗ ਗਿਆ ਇੰਨੇ ਕੁ ਨਾਲ ਹੀ ਨਾ। ਅੱਗੇ ਨਾ ਚਿੱਟਾ ਚਿੱਟਾ ਜਿਹਾ ਹੋਇਆ ਪਿਆ ਸੀ ਫਰਸ਼ ਰੇਤੇ ਨਾਲ, ਸੋਹਣਾ ਨਿਕਲਿਆ ਹੈ ਹੁਣ। ਐਂ ਲੱਗਦਾ ਸੀ ਮੈਨੂੰ ਪਤਾ ਨਹੀਂ ਕਿੰਨਾ ਕੁ ਮਿੱਟੀ ਰੇਤਾ ਚੜ੍ਹਿਆ ਪਿਆ, ਬਿਲਕੁਲ ਚਿੱਟਾ ਜਿਹਾ ਬੱਗਾ ਜਿਹਾ ਫਲੋਰ ਹੋਇਆ ਪਿਆ ਸੀਗਾ। ਲਾਈਟ ਕਰਦਾ ਔਫ, ਚਲੋ ਜੀ।